ਖੁਦਾ ਦਾ ਵਸਤ ਇਸ ਗੇਟੇ ਦਾ ਖੜਾ ਹੁਣ ਛੱਡ ਵੀ ਦੇ ਕੀ ਹੋਇਆ ਹੁਣ ਇਸ ਪੁਰਸ਼ੀ ਦੀ ਬਜਾਏ ਤੇਰੇ ਹੱਥ ਵਿੱਚ ਕਲਮ ਹੁੰਦੀ ਨਾ ਤੇ ਤੂੰ ਹੁਣ ਨੂੰ ਜੱਜ ਹੋਣਾ ਜੇ ਮੈਂ ਜੱਜ ਹੋਵਾਂ ਨਾ ਸਭ ਤੋਂ ਪਹਿਲੇ ਮੈਂ ਤੈਨੂੰ ਫਾਇਲ ਆਉਣਾ ਮੈਂ ਕੀ ਕੀਤੀ ਤੂੰ ਮੈਂ ਜੇ ਫਾਇਲ ਆਇਆ ਹੋਇਆ ਹਲਾ ਇਹਨੀ ਕਾਰੋਬਾਰ ਅੰਦਰ ਵੰਜ ਅੰਦਰ ਅਲਮੂਨੀਅਮ ਵਾਲਿਆ ਹੋਇਆ ਨਹੀਂ ਉਹਨਾਂ ਦਾ ਕੰਮ ਚੈੱਕ ਕਰਵਾਂ ਜਾਗਾ ਇਹ ਅਲਮੂਨੀਅਮ ਪੇ ਲੈਂਦੇ ਹੋ ਨਹੀਂ ਗੋੜੀਆਂ ਦੇ ਸੋਮ ਪੇ ਲੈਂਦੇ ਆ ਹਲਾ ਆਹ ਕੀ ਹੈ ਇਹ ਮੋਰੀਆਂ ਕਰਨ ਵਾਲੀ ਮਸ਼ੀਨ ਹੈ ਉਸਤਾਦ ਜੀ ਇੱਕ ਮੋਰੀਅਨ ਵੀ ਕਰਿਆ ਹੈ ਬਾਬਾ ਜੀ ਉਹ ਕਿਸ ਤੋਂ ਇਹਦੇ ਅੰਦਰ ਵਾਲਾ ਕੀੜਾ ਕੱਢਣਾ ਜਿਹੜਾ ਇਨਟੇਕ ਕੇ ਬਾਣ ਨਹੀਂ ਪੈ ਦਿੰਦਾ ਉਹ ਤਾਂ ਟੰਗੀ ਖਾ ਉੱਤੇ ਵਾਲੀ ਬਾਰੀ ਵੇਖਿਆ ਉਹ ਕਿਵੇਂ ਲਾਈ ਨਾ ਜਾਗਾ ਐਸਾ ਬਿਮਾਰੀ ਜੋਗਾ ਨਾ ਜਿਹਦੇ ਔਖਾ ਕੰਮ ਹੋਵੇ ਉਹਦੇ ਮੈਂ ਗਾਲ ਛੱਡਿਆਂਦਾ ਹਾਏ ਬਾਬਾ ਔਰ ਆਵੇ ਨਾ ਕੀ ਹੋਈ ਆ ਅਲਮੂਨੀਅਮ ਬਹੁਤ ਕੌੜਾ ਲੱਗਦਾ ਪਿਆ ਇਹ ਅਲਮੂਨੀਅਮ ਨਹੀਂ ਕੌੜਾ ਲੱਗਦਾ ਪਿਆ ਇਹਦੇ ਸ਼ੀਸ਼ੇ ਵਿੱਚ ਜਿਹੜਾ ਤੇਰਾ ਮੂੰਹ ਨਹੀਂ ਦਿਸਦਾ ਪਿਆ ਉਹ ਕੌੜਾ ਲੱਗਦਾ ਪਿਆ ਬਾਬਾ ਜੀ ਬੁਖਾਰ ਹੋ ਗਿਆ ਨਹੀਂ ਬੁਖਾਰ ਨਹੀਂ ਹੋਇਆ ਉਂਝ ਫਿੱਟ ਚੜੀ ਪਈ ਹੈ ਅੰਨਾ ਤਾਂ ਕੋਈ ਨਹੀਂ ਬਾਬਾ ਜੀ ਅੱਜ ਜੁਮੇਰਾਤ ਵੀ ਹੈ ਹਾਂ ਯਾਰ ਅੱਜ ਤੇ ਜੁਮੇਰਾਤ ਵੀ ਹੈ ਤੇ ਤੁਹਾਡਾ ਹਿਸਾਬ ਵੀ ਦੇਣਾ ਤੇਰਾ ਤੇ ਵਿਸਾਹ ਕੋਈ ਨਹੀਂ ਸਾਡਾ ਹਿਸਾਬ ਤੇ ਦਿੱਤੀ ਜਾ ਸ਼ਾਬਸ਼ ਖੁਦਾ ਦੀ ਹੈ ਮਿੰਕ ਸੂਡ ਆ ਛੱਡੇ ਹੋਈ ਤੇ ਉਹ ਪੈਦਾ ਨਹੀਂ ਸਾਡੇ ਹਿਸਾਬ ਤੇ ਦਿੱਤੀ ਜਾ ਉਹਨਾਂ ਨੂੰ ਪੈਸਿਆਂ ਦੀ ਪਈ ਹੋਈ ਤੁਹਾਡੇ ਨਾਲ ਮੇਰੀ ਮੱਖਣੋ ਚੰਗੀ ਹੁਣ ਮੇਰਾ ਅਹਿਸਾਸ ਤੇ ਹੈ ਨਾ ਮੱਖਣੋ ਹਾਲ ਹਾਲ ਕਿਉਂ ਖੱਤ ਲਈ ਇਹ ਦਵਾਈ ਹਾਂ ਵੇਖ ਲਓ ਤੁਹਾਨੂੰ ਪੈਸੇ ਦੀ ਪਈ ਹੋਈ ਤੇ ਮੇਰੀ ਮੱਖਣੋਂ ਮੇਰੀ ਪਈ ਹੋਈ ਵੇਖ ਲਓ ਮੇਰੇ ਕੋਲ ਦਵਾਈ ਲੈ ਕੇ ਆ ਗਈ ਅੱਲਾ ਇਹੋ ਜੀ ਬੀਬੀ ਹਰ ਇੱਕ ਨੂੰ ਦੇਵੇ ਹਾਏ ਜਾਨੂ ਮੇਰੇ ਕੋਲ ਤੇਰੀ ਤਕਲੀਫ ਨਾ ਹੀ ਵੇਖੀ ਵੇਂਦੀ ਮੈਂ ਕਿਹਾ ਜਾਨੂ ਕੋਲ ਦਵਾਈ ਲੈ ਕੇ ਵੇਂਦੀ ਆ ਵਾਹ ਇਹ ਹੁਣ ਕਿਹੜੀ ਦਵਾਈ ਆਂਦੀ ਏ ਇਹ ਚੂਹੇ ਮਾਰ ਗੋਲੀਆਂ ਗੋਲ ਕੇ ਆਂਦੀਆਂ ਮੈਂ ਕਿਹਾ ਜਿਹੜਾ ਨਿਤ ਨਿਤ ਮਰਨਾ ਸੀ ਇੱਕ ਵਾਰੀ ਜਾਪ ਜਾਵੇ ਜਾਨੂ ਕੀ ਹੋਈ ਕਿਉਂ ਪਰੇਸ਼ਾਨ ਬੈਠਾ ਯਾਰ ਮੈਂ ਸਿਆਣੇ ਆਖਿਆ ਬਸ ਸ਼ਾਦੀ ਕਰੋ ਤੇਰੇ ਹਾਲਾਤ ਬਦਲ ਗਏ ਸਨ ਸ਼ਾਦੀ ਨੂੰ 4 ਸਾਲ ਹੋ ਗਏ ਤੇ ਹਾਲਾਤ ਉਹਦੇ ਉਹ ਵਧਣ ਹੁਣ ਮਤ ਕੀ ਕਰਸੇ ਕਰਨਾ ਕੀ ਹੁਣ ਵਤ ਬੀਵੀ ਬਦਲ ਕੇ ਵੇਦੇ ਆ ਤੇਰੇ ਫਿਕੇ ਮੋ ਤੇਰਾ ਤੇਰੀ ਹਾਲਾਤ ਮੈਂ ਬਦਲ ਦਿਆਂ ਹੈ ਬਦਲਣ ਨਹੀਂ ਬਦਲੇ ਵੇਖੀ ਬਦਲ ਲੈਨੇ ਆ ਬਾਬਾ ਜੀ ਕਿਉਂ ਪਰੇਸ਼ਾਨ ਹੋ ਯਾਰ ਸਵੇਰੇ ਸਵੇਰੇ ਮੱਖਣ ਨਾਲ ਲੜਾਈ ਬਿੜਾਈ ਹੋ ਗਈ ਮੈਂ ਕੁੜੀ ਕੇ ਘਰੋਂ ਬਾਹਰ ਨਿਕਲ ਆਇਆ ਹਾਂ ਤੇ ਵੱਤ ਵੱਤੋਂ ਨੇ ਸੋਚਦਾ ਮੈਂ ਪਤਨੀ ਉਹ ਵੀ ਘਰ ਹੀ ਇੱਕ ਘਰੋਂ ਨਿਕਲ ਗਈ ਮੈਂ ਤੇ ਇੱਧਰ ਰਸਾਈ ਕਰੋ ਘਰ ਜਾ ਕੇ ਉਹਦੇ ਨਾਲ ਰਾਜ਼ੀਨਾਮਾ ਕਰ ਲਓ ਯਾਰ ਸੁਲਹ ਤਾਂ ਮੈਂ ਉਹਦੇ ਨਾਲ ਕਰ ਲੈਣੀ ਹੈ ਪਰ ਇੱਕ ਮਸਲਾ ਹੈ ਉਹ ਕਿਹੜਾ ਸੁਲਹ ਕਰਦਿਆਂ ਕਰਦਿਆਂ ਵੀ ਇੱਕ ਜਮਾਟ ਲੱਗ ਹੀ ਪੈਣੀ ਬਹਰਲ ਮੈਂ ਤੇ ਇੱਧਰ ਚੁੱਪ ਕਰ ਜਾ ਉਹ ਵੇਖ ਮੱਖਣੋਂ ਦੀ ਪੀ ਤੂੰ ਟੁਰ ਜਾ ਯਾਰ ਤੂੰ ਕਿਤਨੀ ਅੱਛੀ ਤੂੰ ਮੇਰੇ ਕੋਲ ਚਾਹ ਬਣਾ ਕੇ ਲੈ ਆਈ ਤੇ ਮੈਂ ਕਿਤਨਾ ਬੁਰਾ ਤੇਰੇ ਨਾਲ ਮੈਂ ਲੜਾਈ ਕਰਕੇ ਘਰੋਂ ਬਾਹਰ ਨਿਕਲ ਗਿਆ ਤੂੰ ਆਪਣੀ ਗਲਤੀ ਮੰਨ ਲਈਏ ਮੰਨ ਲਈਏ ਪੱਕੀ ਗੱਲ ਏ ਮੈਂ ਤਾਂ ਲੋਹੇ ਤਲੀਕ ਏ ਹਲਾ ਵਤਾ ਚਾਹ ਮੈਂ ਦੇ ਚਾ ਇਤਨੇ ਪਿਆਰ ਨਾਲ ਤੂੰ ਬਣਾ ਕੇ ਲਈ ਮੈਂ ਤੁਹਾਨੂੰ ਪੀਣੀ ਏ ਇਹਦੇ ਵਿੱਚ ਮਿੱਠਾ ਕੋਈ ਨੂੰ ਮਿੱਠਾ ਬਾਵੇਂ ਨਹੀਂ ਵਤ ਵੀ ਸ਼ਹਿਦ ਵਰਗੀ ਏ ਜਨੂ ਇਹਦੇ ਵਿੱਚ ਮਿੱਠਾ ਮੈਂ ਕੋਨੂੰ ਪਾਇਆ ਨਾ ਇਹਦੇ ਵਿੱਚ ਪੱਤੀ ਏ ਇਹ ਜੋ ਵੀ ਏ ਮੈਂ ਹੁਣ ਪੀਣੀ ਏ ਤੂੰ ਮੇਰੇ ਨਾਲ ਸਵੇਰੇ ਲੜ ਕੇ ਗਿਆ ਏ ਨਾ ਹਾਂ ਮੈਂ ਇਹਦੇ ਵਿੱਚ ਜ਼ਹਿਰ ਪਾ ਕੇ ਆਂਦੀ ਮੈਂ ਪੀਸੀ ਤੇ ਮਗਰੋਂ ਲਾਸੀ ਤੁਰ ਫਿੱਟੇ ਮੂੰਹ ਤੇਰਾ ਤੇ ਸਿਰੋਂ ਲਊਗਾ ਯਾ ਹੁਣ ਲੋ ਕਾ ਸਵਾਦ ਉਸ ਪੈਨ ਫੱਦਣ ਕੇ ਮੌਤ ਪਾਉਂਦੀ ਆ ਹੁਣ ਇੱਥੇ ਬੇਲ ਚ ਫੱਦੇ ਹੋਇਆ ਜਾਨੂ ਟਰੈਕਟਰ ਕਿਹਦੀ ਮਜਨੂ ਦੀ ਵਰਕਸ਼ਾਪ ਤੇ ਦੋ ਟੁੱਟੇ ਹੋਇਆ ਪਈ ਹੁਣ ਕੇ ਪਈ ਸਤ ਕੋਲ ਹੈ ਕੋਈ ਹੁਣ ਕੀ ਕਰੀਏ ਉਹ ਵਸੀਮ ਦੁਬਈ ਵਾਲੇ ਕੋਲ ਲੈ ਖਾਂ ਆ ਹੁਣ ਫੋਨ ਕਰਦੇ ਆ ਅਸਲਾਮ ਵਾਲੇਕਮ ਵਸੀਮ ਭਾਈ ਵਾਲੇਕਮ ਸਲਾਮ ਵਸੀਮ ਭਾਈ ਵਰਕਸ਼ਾਪ ਵਿੱਚ ਮੇਰਾ ਟਰੈਕਟਰ ਦੋ ਟੁੱਟੇ ਹੋਇਆ ਪਉਦਾ ਹੁਣ ਮੈਂ ਕੀ ਕਰਾਂ ਮੇਰੇ ਵੱਲੋਂ ਬਿਸ਼ੱਕ ਤਰੇ ਟੁੱਟੇ ਹੋ ਜਾਵੇ ਮੈਂ ਕੀ ਕਰਾਂ ਯਾਰ ਮੈਨੂੰ ਕੋਈ ਪੈਸੇ ਚਾਹੀਦੇ ਮੈਨੂੰ ਕੋਈ ਪੈਸੇ ਦੇ ਰਾਤੀ ਮੈਚ ਵਿੱਚ ਮੈਂ ਤੈਨੂੰ 20,000 ਡਾਇਮੰਡ ਮਾਰਿਆ ਨਾ ਹਾਂ ਤੇ ਉਹ ਸਾਰੇ ਪੈਸੇ ਨਾ ਇੱਥੇ ਹੋਰ ਕੀ ਆ ਅਨਾ ਚੱਲ ਠੀਕ ਮੈਂ ਆਪ ਹੀ ਜੋੜ ਲੈਣਾ ਟਰੈਕਟਰ ਤੇ ਖੋਲਣੇ ਤਾਂ ਖੋਲ ਬੈਠਾ ਲੱਜਣ ਨੂੰ ਭੇੜਨਾ ਕਿਵੇਂ ਬਾਬਾ ਜੀ ਪਤਾ ਪਾਕਿਸਤਾਨ ਦੇ ਹਾਲਾਤ ਕਿਵੇਂ ਦੇ ਆ ਇਸ ਟਰੈਕਟਰ ਆਰਨੀ ਉਹ ਕਿਵੇਂ ਜਿਵੇਂ ਆ ਟਰੈਕਟਰ ਖੋਲ ਬੈਠਿਆ ਭੇੜਨੇ ਦਾ ਕੋਈ ਨਹੀਂ ਪਤਾ ਇੰਜੀਅਰ ਮੁਲਕ ਵੀ ਬਣਾ ਬੈਠਿਆ ਤੇ ਚਲਾਉਣੇ ਦਾ ਕੋਈ ਨਹੀਂ ਪਤਾ ਉਹ ਕੋ ਫੈਨ ਹੁੰਦੇ ਪਏ ਐ ਇਹ ਕਿਨਾਂ ਬਿਮਾਰੀ ਪੈ ਗਈ ਬਾਬਾ ਜੀ ਹੁਣ ਕੀ ਕਰੀਏ ਉਹ ਮੋਬਾਈਲ ਪੇ ਵੀ ਟਾਕੀ ਬੇ ਕੇ ਕੁਝ ਆਪਣੇ ਮੂੰਹ ਤੇ ਮਾਰ ਚਾ ਕੁਝ ਮੇਰੇ ਮੂੰਹ ਤੇ ਮਾਰ ਚਾ ਸਾਡੇ ਸੰਜਾਬ ਹੀ ਨਾ ਹੋਵੇ ਕਿਉਂ ਖੁਦਾ ਦੇ ਬੰਦੇ ਮੋਬਾਈਲ ਤੇ 5 ਰੁਪਏ ਤੇ ਸਿਰਫ ਨਾ ਲੈ ਵਣਾ ਤੇ ਉਹਨਾਂ ਨੂੰ 200 ਦੀ ਕੋਕ ਕੈਂਪ ਪਿਵਾਉਣੀ